ਇੱਕ ਬਿਜਲੀ ਦੇ ਰੇਟਾਂ ਨੂੰ ਲੈ ਕੇ ਪ੍ਰੋਟੈਸਟ ਜਾਰੀ ਹੈ ਜੀ। ਆਮ ਆਦਮੀ ਪਾਰਟੀ ਵੀ ਘੇਰਦੀ ਹੈ, ਭਾਜਪਾ ਵੀ ਘੇਰਦੀ ਪਈ ਹੈ, ਔਰ ਸ਼੍ਰੋਮਣੀ ਅਕਾਲੀ ਦਲ ਵੀ ਪੰਜਾਬ ਸਰਕਾਰ ਨੂੰ ਘੇਰਦਾ। ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ, ਸੁਖਬੀਰ ਹੋਰਾਂ ਦੀ ਦੇਣ ਹੈ। ਉਹਨਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ, ਇਹੋ ਜਿਹਾ ਗਲਤ ਫੈਸਲਾ ਕੀਤਾ, ਇਹੋ ਜਿਹਾ ਗਲਤ ਕਾਊਂਟਰ ਕੀਤਾ, ਕੋਈ ਚੰਦ ਪੈਸਿਆਂ ਪਿੱਛੇ ਉਹਨਾਂ ਪੰਜਾਬ ਸਟੇਟ ਦਾ ਨੁਕਸਾਨ ਕਰਤਾ। ਕੈਪਟਨ ਅਮਰਿੰਦਰ ਸਿੰਘ ਹੋਰੀ ਤਿਆਰ ਨੇ, ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਜਿਹੜੇ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਉਹਨਾਂ ਦਾ ਫੈਸਲਾ ਸੀ ਬਦਲ ਦੇਣ ਮੁੱਖ ਮੰਤਰੀ। ਗਲਤ ਗੱਲ ਹੈ। ਸਰਦਾਰ ਮਨਮੋਹਨ ਸਿੰਘ ਨੇ ਆਖਿਆ ਸੀ ਵੀ ਆਪਣੇ ਪਾਵਰ ਹਾਊਸ ਲਾਓ, ਉਹਨੇ ਇਹ ਨਹੀਂ ਸੀ ਆਖਿਆ ਵੀ ਇਹੋ ਜਿਹੇ ਗਲਤ ਕਾਂਟੈਕਟ ਕਰੋ। ਉਹਨੇ ਸਾਰੇ ਸਟੇਟ ਨੂੰ ਆਖਿਆ ਸੀ, ਜੇ ਗੁਜਰਾਤ ਵਾਲਿਆਂ ਨੇ ਕੀਤਾ ਅਤੇ ਪੰਜਾਬ ਵਾਲਿਆਂ ਗਲਤ ਫੈਸਲਾ ਕੋਈ ਕੀਤਾ। ਕੀ ਕਹਿਣਾ ਚਾਹੋਗੇ ਫਿਰ ਜਿਹੜੇ ਪ੍ਰੋਟੈਸਟ ਕਰ ਰਹੀਆਂ ਸਾਰੀਆਂ? ਬਿਲਕੁਲ, ਅਸੀਂ ਉਹਨਾਂ ਦੇ ਨਾਲ ਹਾਂ। ਅਸੀਂ ਬਿਜਲੀ ਦੇ ਰੇਟਾਂ ਬਾਰੇ ਸੋਚ ਰਹੇ ਹਾਂ, ਇਸ ਕਾਂਟੈਕਟ ਨੂੰ ਤੋੜਨ ਬਾਰੇ ਕੈਪਟਨ ਸਾਹਿਬ ਸੋਚ ਰਿਹਾ, ਦੱਸਾਂਗੇ।